करनी बड़ी औखी है, ये बड़े पागाना सेवा की हर पता सेवा नहीं कर सकता। क्योंकि सारे कार अधूरे हो जाते जब तक घोड़े के कार ना बनाया जाए। दिनेश मंदना सब तो पहले पार्टी मदद करा, फिर जिम्मे जिम्मे प्रधान साहब ने चेयरमैन साहब ने हम तो बोला कि एक मूल है, एक ओंकार है इस मंदिर में, सारे तरह बनी हुई है, सारे तरह भगवान करने की जाती है। सर्व धर्म करम कुछ सारा कुछ तुम्हारी सेवा में हाजिर करा, जिमें हुक्म होएगा पोजिशन करनी बरात कुमार मालवी जी का भजन, अरदास महाराज का भजन, जिमें thank you.
ਪਰਮਾਤਮਾ ਦੇ ਦਰਬਾਰ ਤੇ ਵੀ ਆਇਓ ਤੁਸੀਂ ਸਾਡੇ ਆਪਣੀ ਜ਼ੁਬਾਨ ਪਾਸ ਆਪ ਕਰਕੇ ਮਾਂ ਦੇ ਦਰਬਾਰ ਤੇ ਹਾਜ਼ਰੀਆਂ ਲਵਾਈਏ ਇਧਰ ਆਓ ਬੈਠੋ ਇਧਰ ਬੈਠੋ ਇਧਰ ਆਓ ਹੈਲੋ ਹੈਲੋ ਜੋ ਸਾਰੇ ਸੁਪਰ ਫਰਮਾਨ ਹੋਏ ਸਾਡੇ ਰੂਪਾ ਭਾਜੀ ਜਿਕਾਰਾ ਨਾ Thank you.
Thank you.
Thank you.
ਕੱਢੇਗੀ ਕੋਈ ਖੁੱਲ ਜਾਂਦਾ ਬੰਦਾ
मर्जी करी जो इंसान पर आप तुसी सब भागा वाले हो तुसी उस स्वर्ग च बैठे हो। खैर इंडिया में अपने माड़ा नहीं पर उत्थे दे हालात थोड़े माड़े आ, उत्थे दे हुकूमत माड़िया, बच्चे सेफ नहीं आ, पर तुसी अह सेफ कंट्री च बैठे सब मां दी रहमत कृपा वा, उन्हां ने तुहाडे ते छत्र छाया रमदास महाराज जी, ये सतगुरां दी कृपा है। खुल जाते मंदिर दरवाजा मेरे पकड़ा, जे मैं हुंदा दाती है मैं तेरे Thank you.
ਸੰਗਤਾਂ ਦਾ ਹੁਕਮ ਸਿਰ ਮੱਥੇ ਰਵਿਦਾਸ ਬਾਰੇ ਦਾ ਭਜਨ ਤੁਹਾਡੀ ਨਜ਼ਰ ਕਰ ਰਿਹਾ ਕਿ ਪੰਡਿਤ ਪੁੱਛਦੇ ਸਤਿਗੁਰਾਂ ਨੂੰ ਗੰਗਾ ਕੀ ਤੇਰੀ ਲੱਗਦੀ ਉਹਨਾਂ ਫਿਰ ਕੌਰ ਤੱਕ ਕਰਕੇ ਦਿਖਾਇਆ ਸੀ ਉਹ ਤੁਹਾਡੀ ਨਜ਼ਰ ਉਸ ਵੇਲੇ ਦਾ ਹਾਲਾਤ ਬਿਆਨ ਕਰਦਾ ਜੀ ਦੂਜੇ ਦਾ ਜਿੱਦਾਂ ਜਿੱਦਾਂ ਸੰਗਤਾਂ ਦਾ ਹੁਕਮ ਹੋਇਆ Thank you.
Oh,
ਜਿਤਾਰੇ ਵਾਲੀ ਮਿੱਠੀਆਂ ਮਰਾ ਤਾਂ ਭੋਲ ਸਾਡੇ ਭਾਗਵਾ ਸਾਹਿਬ ਕਿਉਂਕਿ ਗੁਰੂ ਮਹਾਰਾਜ ਦਾ ਵੀ ਇੱਕ ਬਣਦਾ ਭਜਨ ਗਾਉਣਾ ਕਿ ਸਾਡਾ ਨਨਕਾਣਾ ਜਿਹੜਾ ਉੱਥੇ ਖੁੱਸ ਗਿਆ, ਬਾਬੇ ਨਾਨਕ ਦੀ ਧਰਤੀ ਉੱਥੇ ਖੁੱਸ ਗਈ ਨਨਕਾਣੇ ਵਿੱਚ। ਮੇਰਾ ਬਿਲਕੁਲ ਨਵਾਂ ਗੀਤ ਇੱਕ ਮਾਰਕੀਟ 'ਚ ਆਉਣ ਵਾਲਾ ਤੁਹਾਡੀ ਨਜ਼ਰ ਕਰਨ ਜਾ ਰਿਹਾ, ਕਿਉਂਕਿ ਇਹ ਜਿਹੜੀਆਂ ਵੱਡੀਆਂ ਪੈ ਗਈਆਂ ਮਿੱਥਾਂ ਪੈ ਗਈਆਂ ਨੇ ਸਾਨੂੰ ਇੱਕ ਦੂਜੇ ਤੋਂ ਦੂਰ ਕਰਤਾ। ਸਾਡੇ ਬੱਚਿਆਂ ਨੂੰ ਪਤਾ ਨਹੀਂ ਕਰਤਾਰਪੁਰ ਕਿਹੜਾ ਹੈ, ਕਰਤਾਰਪੁਰ ਦੀ ਧਰਤੀ ਕਿੱਥੇ ਕਿੱਥੇ ਸਤਿਗੁਰਾਂ ਜਨਮ ਨੇ ਬਾਬੇ ਨਾਨਕ ਜੀ ਹੋਣਾ ਨੇ। ਬਿਲਕੁਲ ਨਵਾਂ ਗੀਤ ਤੁਹਾਡੀ ਨਜ਼ਰ ਕਰ ਰਿਹਾ ਕਿ ਲੱਗਦੇ ਰੱਖਿਓ ਨਹੀਂ ਸੀ ਮੇਰਾ ਨਨਕਾਣਾ ਉੱਧਰ ਆ, ਮੇਰੇ ਗੁਰੂਆਂ ਅਤੇ ਪੈਗੰਬਰਾਂ ਦਾ ਟਿਕਾਣਾ ਹੀ ਉੱਧਰ ਆ, ਅਤੇ ਲੱਗਦੇ ਰੱਖਿਓ ਵੀਜ਼ੇ ਮੇਰਾ ਨਨਕਾਣਾ ਉੱਧਰ ਆ। ਇੱਕ ਸੰਦੇਸ਼ ਆ ਜੋ ਸਭ ਤੋਂ ਖੁਸ਼ ਗਿਆ ਤੁਹਾਡੀ ਨਜ਼ਰ ਕਰ ਰਿਹਾ, ਉਹ ਲੱਗਦੇ ਰੱਖਿਓ ਵੀਜ਼ੇ ਮੇਰਾ ਨਨਕਾਣਾ ਉੱਧਰ ਸਬੱਬ ਰਾਜ ਸਾਹਿਬ ਵੱਲੋਂ ਮੈਨੂੰ ਮਿਲਿਆ, ਇਹ ਬੜੀ ਅੱਛੀ ਸ਼ਖਸੀਅਤ ਆ। ਤੁਸੀਂ ਜਾਣੋਗੇ ਇਹਨਾਂ ਤੋਂ ਜਿਹੜਾ ਵੀ ਮੈਂ ਫੰਕਸ਼ਨ ਹੁੰਦਾ ਉੱਥੇ ਜਾ ਕੇ ਸੇਵਾ ਕਰਦੇ ਆ ਤੁਹਾਡੀ, ਤਾਂ ਰਹਿਮਤ ਅੱਲਾਹ ਤਾਲਾ ਕਿਰਪਾ ਕਰੇ ਇਹਨਾਂ ਦੇ ਪਰਿਵਾਰ ਦੇ ਨਾਲ ਬੱਚਿਆਂ ਦੇ। ਮੈਂ ਬੜਾ ਸ਼ੁਕਰਗੁਜ਼ਾਰ ਰਾਜ ਸਾਹਿਬ ਦਾ, ਪ੍ਰੋਫੈਸਰ ਕਮੇਟੀ ਦਾ। ਹਾਂਜੀ
लास्ट विच तेरे भक्त प्यारे ने मां जगन रचाया दी जगन सी जग आया ओ तुहाडी नजर करांगा मैया दी भेट उस तो बाद मैं खेमा दा याद का साडे मेरे अंकल जी मेरे चाचा पहली बार स्टेज ते ग्रीस दे विच तुहाडे रूबरू माता दे जागरण ते सेवा करन दा मौका लगा सो ध्यान देना बेईमानी संसार ते जोर पा गई ते पाई पाइया नाल दगा के मां जांदे उत्तों मिठियां मिठियां करन गल्ला ते विचों गुजिया निस्तरां चला जांदे शिव रामा जे रब रहे नानक की कहे ते लोकी लब नूं वी वे
ਕਰਦਾ ਰਿਹਾ ਤੇ ਤੁਹਾਡੀ ਰੂਬਰੂ ਫੇਰ ਹੁੰਦੇ ਰਹਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮੇਰੇ ਰਿਸਪੈਕਟਡ ਭਾਜੀ ਔਰ ਸਾਡੇ ਸਲੀਮ ਭਾਜੀ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਸਾਡੇ ਰਿਸਪੈਕਟਡ ਭਾਜੀ ਲਾਲੀ ਭਾਜੀ ਜਿਨ੍ਹਾਂ ਨੇ ਇੱਥੋਂ ਤੱਕ ਲੈ ਕੇ ਆਉਂਦਾ ਅਤੇ ਹੋਰ ਸਮੂਹ ਕਮੇਟੀ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਨੂੰ ਨਾਮ ਤਾਂ ਆਉਂਦੇ ਸਾਰਿਆਂ ਦੇ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅਤੇ ਪਲੀਜ਼ ਅਗਰ ਇੱਕ ਤਾੜੀਆਂ ਜ਼ਰੂਰ ਮਾਰ ਦਿਓ ਜੀ ਵਧੀਆ ਲੱਗਦਾ ਪੰਜਾਬ ਤੋਂ ਮਿਊਜ਼ੀਕਲ ਗਰੁੱਪ ਤੋਂ ਢੋਲ ਪਲੇ ਸਾਡੇ ਸਭ ਢੋਲੀ ਜੀ ਮਿੰਟੂ ਭੋਲੀ ਉਹਨਾਂ ਨੂੰ ਯਾਦ ਕਰੋ ਖੁਸ਼ੀਆਂ ਖੇੜਿਆਂ ਦੇ ਸਮਿਆਂ ਕਰ ਰਿਹਾ ਸਾਡੇ ਐਂਡ ਵਿੱਚ ਮੈਂ ਤੁਹਾਡੀ ਨਜ਼ਰ ਕਰ ਰਿਹਾ ਵੀ ਤੇਰੇ ਭਗਤ ਪਿਆਰਿਆਂ ਨੇ ਮੈਂ ਜਦ ਨੇ ਰਚਾਇਆ ਤੇਰਾ ਜਾਗਾ ਵੇਖਣ ਲਈ ਭੋਲੇ ਸ਼ੰਕਰ ਵੇਖਣ ਆਇਆ ਉਹਦੇ ਨਾਲ ਵੀ ਬਾਅਦ ਵਿੱਚ ਸਾਡੇ ਸੇਵਾ ਕਰ ਰਹੇ ਆ
ਤੇ ਇੱਥੇ ਮਾਤਾ ਜੀ ਆ ਜੀ ਕਬਰਦਾਰ ਸਾਹਿਬ ਠੀਕ ਹੈ ਜੀ ਮੈਂ ਵੀ Thank you.
ਕੇਮਨ ਸਾਹਮਣੇ ਦਾ ਆਇਆ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਜੇ ਗਾਣਾ ਸ਼ੇਰਾ ਹੋਈਦਾ
ਕਲਪੇਰ ਦੇ ਅਧਿਕਾਰਾਂ ਨੂੰ ਸੁਣਨਾ ਸੀ ਮਾਤਾ ਜੀ ਗੁਰੂ ਘਰ ਵਿੱਚ ਸਾਰੇ ਸੰਗਤ ਦੀ ਨੂਰ ਪਾਉਂਦਾ ਹੈ ਉੱਥੇ ਵੀ ਕੱਲ ਸਰਦਰ ਜੀ ਨੂੰ ਸੁਣੀ ਪਾਉਂਦੇ ਆ ਸਮਾਂ ਹੀ ਦੇਖੀਏ ਸਰਦਰ ਜੀ